ਹੁਸ਼ਿਆਰਪੁਰ ਤੋਂ ਗੜ ਸ਼ੰਕਰ ਰੋਡ ਤੇ ਪੈਂਦੇ ਹੱਡਾ ਬਨੇਸਰੋ ਗੁਰਦੁਆਰਾ ਸਾਹਿਬ ਦੇ ਨੇੜੇ ਬੱਸ ਅਤੇ ਟਰੈਕਟਰ ਦੀ ਟੱਕਰ 'ਚ ਇੱਕ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇੱਕ ਨਿੱਜੀ ਕੰਪਨੀ ਦੀ ਬੱਸ ਸਵਾਰੀਆਂ ਨਾਲ ਭਰੀ ਗੜ ਸ਼ੰਕਰ ਵੱਲ ਨੂੰ ਜਾ ਰਹੀ ਸੀ ਤਾਂ ਗੜ ਸ਼ੰਕਰ ਸਾਈਡ ਤੋਂ ਆਉਂਦੇ ਟਰੈਕਟਰ ਅੱਡਾ ਬਨੇਸਰੋ ਵਿਖੇ ਪੁੱਜੀ ਤਾਂ ਆਪਸ ਵਿੱਚ ਟਕਰਾ ਹੋ ਗਿਆ, ਜਿਸ ਦੇ ਕਾਰਨ ਟਰੈਕਟਰ ਚਾਲਕ ਕਸ਼ਮੀਰ ਸਿੰਘ ਪੁੱਤਰ ਬਲਵੰਤ ਸਿੰਘ ਅੰਗਦ ਨਗਰ ਕਲੋਨੀ ਰਾਜਪੁਰਾ ਪਟਿਆਲਾ ਦਾ ਰਹਿਣ ਵਾਲਾ ਸੀ, ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਬੱਸ ਦੀਆਂ ਜ਼ਖਮੀਆਂ ਸਵਾਰੀਆਂ ਨੂੰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਗੜ ਸ਼ੰਕਰ 'ਚ ਦਾਖਲ ਕਰਵਾਇਆ ਗਿਆ। ਥਾਣਾ ਗੜ ਸ਼ੰਕਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਾਲ ਕਸ਼ਮੀਰ ਸਿੰਘ ਜੀ, ਅਸੀਂ ਦੋ ਜੇ ਟਰੈਕਟਰ ਲੈ ਕੇ ਜਾ ਰਹੇ ਸੀ ਅੱਗੇ ਜੀ, ਹੁਸ਼ਿਆਰਪੁਰ ਸਾਈਡ ਪਠਾਨਕੋਟ ਅੱਗੇ ਜਾਣਾ ਸੀ ਜੀ, ਅਤੇ ਅਸੀਂ ਆਪਣੀ ਸਾਈਡ ਜਾ ਰਹੇ ਸਰ, ਅੱਗੋਂ ਬੱਸ ਆ ਰਹੀ ਹੈ, ਇੱਕਦਮ ਰੋਂਗ ਸਾਈਡ ਆਇਆ ਜੀ ਸਾਡਾ ਵਾਲੇ ਪਾਸੇ ਜੀ, ਸਿੱਧਾ ਟਰੈਕਟਰ ਦੇ ਵਿੱਚ ਲਿਆ ਕੇ ਮਾਰੀ ਜੀ, ਅਤੇ ਮੌਕੇ 'ਤੇ ਵਿਚਾਰਾ ਮੁੰਡਾ ਬੱਸ ਦੇ ਥੱਲੇ ਆ ਗਿਆ ਜੀ, ਬੜਾ ਲੋਕਾਂ ਦਾ ਰੌਲਾ ਪਾਇਆ ਜੀ, ਕੋਈ ਗੱਡੀ ਵਾਲੇ ਨੇ ਸੁਣੀ, ਕਿਸੇ ਸਵਾਰੀ ਨੇ ਸੁਣੀ ਜੀ, ਬੱਸ ਡਰਾਈਵਰ ਕਨੈਕਟਰ ਦੋਨੇ ਭੱਜ ਗਏ ਮੌਕੇ 'ਤੇ ਜੀ, ਅਤੇ ਬਾਅਦ ਮੁੰਡਾ ਟਾਇਰ ਥੱਲੋਂ ਬੜੀ ਮੁਸ਼ਕਲ ਕੱਢਿਆ, ਮੈਂ ਐਂਬੂਲੈਂਸ ਨੂੰ ਫੋਨ ਕੀਤਾ, ਐਂਬੂਲੈਂਸ ਵੀ ਥੋੜ੍ਹੀ ਜਿਹੀ ਲੇਟ ਆਈ, ਲੈ ਕੇ ਆਏ ਇੱਥੇ ਆ ਕੇ ਜੀ, ਪੰਜ ਦਸ ਮਿੰਟ ਮੁੰਡੇ ਦੇ ਟ੍ਰੀਟਮੈਂਟ ਕਰਦੇ ਰਹੇ ਨੇ, ਉਸ ਤੋਂ ਬਾਅਦ ਇੱਕਦਮ ਮੁੰਡਾ ਸਾਹ ਛੱਡ ਗਿਆ ਜੀ, ਅਤੇ ਸਾਨੂੰ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਡਰਾਈਵਰ ਦੇ ਕਨੈਕਟਰ ਦਾ ਜੋ ਵੀ ਬੱਸ ਵਾਲਿਆਂ 'ਤੇ ਜੀ। ਅਤੇ ਇਹ ਜਿਹੜੀ ਬੱਸ ਹੈ ਇਹ ਕਿੱਧਰੋਂ ਆ ਰਹੀ ਸੀ? ਇਹ ਜੀ ਹੁਸ਼ਿਆਰਪੁਰ ਸਾਈਡ ਤੋਂ ਆ ਰਹੀ ਸੀ ਸਰ, ਤੁਸੀਂ ਹੁਸ਼ਿਆਰਪੁਰ ਸਾਈਡ ਜਾ ਰਹੀ ਸੀ ਜੀ, ਪਠਾਨਕੋਟ ਜਾਣਾ ਸੀ ਜੀ। ਤੁਸੀਂ ਗੜ ਸ਼ੰਕਰ ਵੱਲੋਂ ਜਾ ਰਹੇ ਸੀ? ਗੜ ਸ਼ੰਕਰ ਵੱਲੋਂ ਜਾ ਰਹੀ ਹੋ, ਗੜ ਸ਼ੰਕਰ ਨੂੰ ਆ ਰਹੀ ਸੀ ਜੀ, ਅਸੀਂ ਆਪਣੀ ਸਾਈਡ 'ਤੇ ਜਾ ਰਹੇ ਦੋਨੇ ਜੀ, ਮੈਂ ਪਿੱਛੇ ਥੋੜ੍ਹਾ ਜਿਹਾ, ਮੈਂ ਤੁਹਾਡੀ ਹਾਂ ਜੀ, ਅਤੇ ਸਿੱਧਾ ਲਿਆ ਕੇ ਰੋਂਗ ਸਾਈਡ ਸਿੱਧੇ ਲਿਆ ਕੇ ਵਿੱਚ ਮਾਰੇ ਜੀ। ਕੀ ਨਾਂ ਹੈ ਤੁਹਾਡੇ ਸਾਲੇ ਦਾ? ਉਹ ਆਪਣਾ ਨਾਮ ਕਸ਼ਮੀਰ ਸਿੰਘ ਜੀ। ਕੀ ਨਾਂ ਜੀ? ਕਸ਼ਮੀਰ ਸਿੰਘ ਜੀ। ਕਿੱਥੋਂ ਦੇ ਰਹਿਣ ਵਾਲੇ? ਅਸੀਂ ਰਾਜਪੁਰਾ ਸ਼ਹਿਰ ਜੀ, ਜ਼ਿਲ੍ਹਾ ਪਟਿਆਲਾ ਜੀ, ਅਤੇ ਗੁਰੂ ਅੰਗਦ ਦੇਵ ਕਲੋਨੀ ਜੀ, ਜਿਨ੍ਹਾਂ ਦੀ ਆਪਣੇ ਸਾਲਾ ਸਾਹਿਬ ਦੀ ਡੈਥ ਹੋ ਗਈ ਜੀ, ਪਿੰਡ ਮੇਰਾ ਨਾਲ ਜਨੋ ਜੀ, ਮੇਰਾ ਪਿੰਡ ਘਰ ਵੀ ਨਾਲ ਹੀ ਪੈ ਜਾਂਦਾ ਜੀ। ਡਾਕਟਰ ਪਰਮਵੀਰ ਸਾਡੀ ਐਮੋ ਸਵੇਰੇ ਡਿਊਟੀ 'ਤੇ ਸੀਗੇ, ਡਿਊਟੀ ਦੌਰਾਨ ਨੂੰ ਲੈ ਕੇ ਆਏ ਸੀਗੇ, ਜਿਹਦਾ ਨਾਂ ਸੀਗਾ ਕਸ਼ਮੀਰ ਸਿੰਘ ਸਾਨੋ ਬਲਵੰਤ ਸਿੰਘ, ਜਿਹੜਾ ਕਿ ਰਾਜਪੁਰੇ ਦਾ ਰਹਿਣ ਵਾਲਾ, ਉਮਰ ਕਰੀਬ 35 ਸਾਲ ਸੀ, ਜਿਹੜੇ ਕਿ ਰਾਜਪੁਰੇ ਤੋਂ ਜਾਂ ਇੱਧਰ ਪਟਿਆਲੇ ਵਾਲੀ ਸਾਈਡ ਤੋਂ ਟਰੈਕਟਰ ਲੈ ਕੇ ਕਠੂਏ ਵਾਲੀ ਸਾਈਡ 'ਤੇ ਜਾ ਰਹੇ ਸੀਗੇ ਨਵੇਂ ਟਰੈਕਟਰ, ਅਤੇ ਰਸਤੇ ਦੇ ਵਿੱਚ ਸਤਨੋਰ ਪਿੰਡ ਦੇ ਲਾਗੇ ਇਹਨਾਂ ਦਾ ਐਕਸੀਡੈਂਟ ਹੋ ਗਿਆ, ਅਤੇ ਉਹਨਾਂ ਦੇ ਨਾਲ ਜਿਹੜੇ ਅੱਖੀ ਦੇਖੀ ਬੰਦੇ ਸੀ ਉਹਨਾਂ ਦਾ ਇਹ ਸੀਗਾ ਕਿ ਇੱਕ ਬੱਸ ਸਾਹਮਣੇ ਆਈ ਹੈ, ਰੋਂਗ ਸਾਈਡ 'ਤੇ ਆ ਕੇ ਉਹਨੇ ਬੰਦੇ ਨੂੰ ਕੁਚਲ ਦਿੱਤਾ, ਟਰੈਕਟਰ 'ਚ ਮਾਰਿਆ ਤਾਂ ਬੰਦਾ, ਅਤੇ ਐਮਰਜੈਂਸੀ ਵਿੱਚ ਬੜੀ ਗੰਭੀਰ ਹਾਲਤ 'ਚ ਇਹਨਾਂ ਨੂੰ ਲੈ ਕੇ ਆਏ ਸੀਗੇ, ਇਹਨਾਂ ਦੀ ਚੈਸਟ 'ਤੇ ਇੰਜਰੀ ਸੀਗੀ, ਇਹਨਾਂ ਦੀ ਪਸਲੀਆਂ ਵਗੈਰਾ ਫ੍ਰੈਕਚਰ ਹੋ ਚੁੱਕੀਆਂ ਸੀ, ਪੇਸ਼ੈਂਟ ਦੀ ਹਾਲਤ ਕਾਫੀ ਨਾਜ਼ੁਕ ਸੀਗੀ, ਕਾਫੀ ਮੁਸ਼ੱਕਤ ਕਰਨ ਤੋਂ ਬਾਅਦ ਵੀ ਪੇਸ਼ੈਂਟ ਬਚ ਨਹੀਂ ਸਕਿਆ, ਕੋਈ 20-25 ਮਿੰਟ 'ਚ ਉਹਦੀ ਡੈਥ ਹੋ ਗਈ, ਹੈੱਡ ਇੰਜਰੀ ਵੀ ਸੀਗੀ, ਛਾਤੀ ਦੀ ਇੰਜਰੀ ਵੀ ਸੀਗੀ, ਛਾਤੀ ਦੀ ਇੰਜਰੀ ਅੰਦਰ ਲੰਗਸ ਵਗੈਰਾ ਅਤੇ ਹਾਰਟ 'ਤੇ ਵੀ ਸੱਟ ਹੋ ਸਕਦੀ ਹੈ, ਅਤੇ ਬਲੀਡਿੰਗ ਵੀ ਹੋ ਸਕਦੀ ਹੈ, ਇਹਦੇ ਕਰਕੇ ਇਹਦੀ ਡੈਥ ਹੋਈ। ਸਰ ਬੱਸ ਚਾਲਕ ਜਾਂ ਕੋਈ ਮਰੀਜ਼ ਤਾਂ ਨਹੀਂ ਉਹਦੇ ਵਿੱਚੋਂ ਆਇਆ? ਇਕੱਲਾ ਇੱਕੋ ਹੀ ਇਹ ਕਸ਼ਮੀਰ ਸਿੰਘ ਸਾਡੇ ਕੋਲ ਪੇਸ਼ੈਂਟ ਆਇਆ, ਹੋਰ ਕੋਈ ਬੰਦਾ ਨਹੀਂ ਆਇਆ। ਦੇ ਨਜ਼ਦੀਕ ਇੱਕ ਰੋਡ ਐਕਸੀਡੈਂਟ ਹੋਇਆ, ਅਸੀਂ ਮੌਕੇ 'ਤੇ ਪੁੱਜੇ ਤਾਂ ਉੱਥੇ ਇੱਕ ਟੂਰਿਸਟ ਬੱਸ ਜੋ ਕਿ ਪਠਾਨਕੋਟ ਸਾਈਡ ਤੋਂ ਆ ਰਹੀ ਸੀ, ਅਤੇ ਇੱਕ ਗੜ ਸ਼ੰਕਰ ਸਾਈਡ ਤੋਂ ਇੱਕ ਮੈਕਸੀ ਟਰੈਕਟਰ, ਉਹਦੇ ਦੋਨਾਂ ਦੀ ਆਪਸ ਵਿੱਚ ਟੱਕਰ ਹੋਈ ਹੈ। ਜੋ ਮੈਸੀ ਟਰੈਕਟਰ ਚਲਾ ਰਿਹਾ ਸੀ ਉਸਦਾ ਨਾਂ ਸੀ ਕਸ਼ਮੀਰ ਸਿੰਘ ਸਾਨਾ ਬਲਵੰਤ ਸਿੰਘ, ਜੋ ਕਿ ਰਾਜਪੁਰਾ ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਹੈ, ਜਿਹਦੀ ਉਮਰ 34 ਸਾਲ ਹੈ, ਉਸਦੀ ਐਕਸੀਡੈਂਟ ਦੇ ਕਰਕੇ ਮੌਤ ਹੋ ਗਈ ਹੈ। ਬਾਕੀ ਜਿਹੜੀ ਟੂਰਿਸਟ ਗੱਡੀ 'ਤੇ ਅਸੀਂ ਗਏ ਉੱਥੇ ਕੋਈ ਮੌਕੇ 'ਤੇ ਹੈ ਨਹੀਂ ਸੀ, ਜੋ ਉਹਦਾ ਡਰਾਈਵਰ ਵਗੈਰਾ ਜਾਂ ਕੋਈ ਸਵਾਰੀਆਂ ਸੀ ਮੌਕੇ ਤੋਂ ਫਰਾਰ ਹੋ ਗਏ। ਬਾਕੀ ਅਸੀਂ ਹੋਸਟਲ ਦੇ ਵਿੱਚ ਰੈੱਡ ਬੋਡੀ ਰਖਵਾ ਦਿੱਤੀ ਹੈਗੀ ਹੈ, ਇਹਨਾਂ ਦੇ ਵਾਰਸ ਬੁਲਾ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ, ਅਤੇ ਬਾਕੀ ਟੂਰਿਸਟ ਬੱਸ ਜਾਂ ਇੱਦਾਂ ਦੇ ਕੋਈ ਵੀ ਹੋਰ ਇੱਥੇ ਐਡਮਿਟ ਹੋਣੇ ਨਹੀਂ ਪੈ ਗਏ।